ਪੰਜਾਬ ਦੇ ਪਿੰਡਾਂ ਦਾ ਇਤਿਹਾਸ ਪਿੰਡ ਨੁਸ਼ਹਿਰਾ ਪੰਨੂਆ ਸਥਿਤੀ ਤਹਿਸੀਲ ਤਰਨਤਾਰਨ ਦਾ ਪਿੰਡ ਨੁਸ਼ਹਿਰਾ ਪੰਨੂਆ ਤਰਨਤਾਰਨ ਹਰੀਕੇ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 6 ਕਿਲੋਮੀਟਰ ਦੂਰ ਹੈ ਇਤਿਹਾਸਕ ਪਛੋਕੜ ਤੇ ਮਹੱਤਤਾ ਇਹ ਪਿੰਡ 350 ਸਾਲ ਪੁਰਾਣਾ ਹੈ ਇਸ ਦੇ ਦੋ ਹਿੱਸੇ ਹਨ ਨੁਸ਼ਹਿਰਾ ਅਤੇ ਚੌਧਰੀਵਾਲ ਇਸ ਜਗ੍ਹਾ ਤੇ ਇੱਕ ਨਸ਼ਈਆ ਸ਼ਾ ਫਕੀਰ ਹੁੰਦਾ ਸੀ ਜਿਸ ਦੀ ਸੇਵਾ ਕਰਨ ਲਈ ਪਿੰਡ ਜੋੜੇ ਦਾ ਇੱਕ ਪੰਨੂ ਗੋਤ ਦਾ ਜੱਟ ਇੱਥੇ ਆਉਂਦਾ ਹੁੰਦਾ ਸੀ ਨਸ਼ਈਆ ਨੇ ਜੱਟ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਮੋੜੀ ਗੱਡ ਕੇ ਵਾਅਦਾ ਕਰਨ ਲਈ ਗਿਆ ਇਸ ਤਰ੍ਹਾਂ ਉਥੋਂ ਦੇ ਵਸੇਬੇ ਦਾ ਨਾਂ ਨੁਸ਼ਹਿਰਾ ਪੰਨੂਆ ਪੈ ਗਿਆ ਚੌਧਰੀ ਵਾਲ ਵੀ ਪੁਰਾਣੇ ਚੌਧਰੀਆਂ ਦੇ ਨਾਂ ਤੇ ਮਸ਼ਹੂਰ ਦੱਸਿਆ ਜਾਂਦਾ ਹੈ ਇਸ ਪਿੰਡ ਵਿੱਚ ਬਹੁਤ ਦੇਸ਼ ਭਗਤ ਹੋਏ ਹਨ ਜਿਨ੍ਹਾਂ ਹਰੇਕ ਮੋਰਚੇ ਵਿੱਚ ਅਹਿਮ ਹਿੱਸਾ ਪਾਇਆ ਬਾਬਾ ਰਜਿੰਦਰ ਸਿੰਘ ਹਜ਼ਾਰਾ ਬਾਗ ਜੇਲ੍ਹ ਵਿੱਚੋਂ ਭੱਜੇ ਸਨ ਅਤੇ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਸਨ 1937 ਵਿੱਚ ਨਸ਼ਹਿਰਾ ਪੰਨੂਆ ਵਿੱਚ ਵੱਡੀ ਕਾਨਫਰੰਸ ਹੋਈ ਸੀ ਆਜ਼ਾਦ ਹਿੰਦ ਫੌਜ ਵਿੱਚ ਪਿੰਡ ਦੇ ਮੋਹਨ ਲਾਲ ਹਕੀਮ ਸ਼ੰਭੂ 나ਥ ਤਾਰਾ ਸਿੰਘ ਅਤੇ ਮੋਹਨ ਸਿੰਘ ਰਹੇ ਹਨ ਪਿੰਡ ਵਿੱਚ 6 ਗੁਰਦੁਆਰੇ 4 ਮੰਦਰ ਅਤੇ ਇੱਕ ਠਾਕੁਰ ਦਵਾਰਾ ਵੀ ਹੈ ਇੱਥੇ ਤਿੰਨ ਥਾਵਾਂ ਤੇ ਵੱਖ-ਵੱਖ ਮੇਲੇ ਲੱਗਦੇ ਹਨ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ